स्वागत है ਤੁਹਾਡਾ ਸਾਰਿਆਂ ਦੇ ਸਾਡੇ ਚੈਨਲ ਪੰਜਾਬੀ ਸਲਾਈ ਸੈਂਟਰ ਤੇ। ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਖੁੱਲੇ ਪਲਾਜੋ ਦੀ। ਅੱਜ ਆਪਾਂ ਤੁਹਾਨੂੰ ਜਿਹੜਾ ਖੁੱਲਾ ਪਲਾਜੋ ਹੁੰਦਾ ਉਹਦੀ ਕਟਿੰਗ ਦੱਸਾਂਗੇ ਵੀ ਕਿਸ ਤਰ੍ਹਾਂ ਉਹਦੇ ਕਟਾਈ ਕਰੀ ਜਾਂਦੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ। ਆ ਜਾਓ ਸ਼ੁਰੂ ਕਰੀਏ ਪਲਾਜੋ ਦੀ ਵੀਡੀਓ। ਦੇਖੋ ਇਹ ਨਾਪ ਆਗਾ ਜੀ 35 ਇੰਚ ਲੰਬਾਈ, 18 ਇੰਚ ਮੂਰੀ, 35 ਇੰਚ ਪੱਟ, ਕਿਉਂਕਿ ਇਹ ਆਪਾਂ ਨੇ ਖੁੱਲ੍ਹਾ ਪਲਾਜੋ ਬਣਾਉਣਾ ਗਾ। ਜਿਹੜਾ ਇਹ ਕੱਪੜਾ ਹੈਗਾ ਇਹ ਹੈਗਾ ਕੱਪੜਾ 2.5 ਮੀਟਰ। ਸਭ ਤੋਂ ਪਹਿਲਾਂ ਦੇਖੋ ਆਪਾਂ ਲਾਵਾਂਗੇ 2 ਇੰਚ ਮੜਾਈ, ਉਸ ਤੋਂ ਬਾਅਦ ਲਾਵਾਂਗੇ 13 ਇੰਚ ਚੋਲੀ, ਉਸ ਤੋਂ ਬਾਅਦ ਦੇਖੋ ਇੰਚੀ ਟੇਪ ਥੋੜ੍ਹਾ ਜਿਹਾ ਨੀਚੇ ਕਰ ਲਿਆ ਆਪਾਂ ਨੇ, ਆਪਾਂ ਲਾਵਾਂਗੇ ਲੰਬਾਈ 35 ਇੰਚ ਲੰਬਾਈ ਆ, 2 ਇੰਚ ਆਪਾਂ ਥੱਲੇ ਮੜਾਈ ਦਾ ਲਾਵਾਂਗੇ, ਠੀਕ ਆ। ਉਸ ਤੋਂ ਬਾਅਦ ਹੁਣ ਲਾਵਾਂਗੇ ਆਪਾਂ ਨਿਸ਼ਾਨ। ਇਹ ਦੇਖੋ ਹੁਣ ਪੱਟਾ, ਪੱਟ ਹੈਗਾ ਜਿਹੜਾ ਆਪਣਾ 35 35 ਦਾ ਅੱਧਾ ਗਿਆ 17.5 17.5 ਲਾ ਲਿਆ 2 ਇੰਚ ਆਪਾਂ। ਇਹ ਪਹਿਲਾਂ ਤਾਂ ਦੇਖੋ ਆਪਾਂ ਜਦੋਂ 35 ਦਾ ਅੱਧਾ ਆਪਾਂ ਨੇ 17.5 17.5 ਲਾ ਲਿਆ, ਉਸ ਤੋਂ ਬਾਅਦ ਆਪਾਂ ਇਹਦਾ ਅੱਧ ਕਰਾਂਗੇ, ਠੀਕ ਆ। ਇਹ ਆਪਾਂ ਨੇ ਕਰ ਲਿਆ ਅੱਧ, ਉਸ ਤੋਂ ਬਾਅਦ ਆਪਾਂ ਲਾਵਾਂਗੇ ਮੂਰੀ ਦਾ ਨਿਸ਼ਾਨ। ਪਹਿਲਾਂ ਆਪਾਂ ਇੱਥੋਂ ਛੱਡਣਾ ਗਾ 1.5 ਇੰਚ, 1.5 ਇੰਚ ਆਪਾਂ ਦੇਖੋ ਇੱਧਰ ਦੁਬਾਰਾ ਛੱਡਾਂਗੇ, ਉਸ ਤੋਂ ਬਾਅਦ ਮੂਰੀ ਲਾਵਾਂਗੇ 18 ਇੰਚ ਮੂਰੀ ਆ। ਇਹ ਆਪਣਾ ਆ ਗਿਆ ਮੂਰੀ ਦਾ ਨਿਸ਼ਾਨ, ਉਸ ਤੋਂ ਬਾਅਦ ਆਪਾਂ ਇਹਦਾ ਵਿਚਾਲਾ ਕਰ ਲਾਂਗੇ, ਠੀਕ ਆ। ਹੁਣ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇੰਚੀ ਟੇਪ ਧਰ ਲੈਣਾ ਗਾ, ਇੰਚੀ ਟੇਪ ਧਰ ਕੇ ਆਪਾਂ ਵਿਚਾਲੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ। ਉਸ ਤੋਂ ਬਾਅਦ ਆਪਾਂ ਲਾਵਾਂਗੇ ਛਕੇ ਨਾਲ ਨਿਸ਼ਾਨ, ਇਹ ਦੇਖੋ ਆਪਾਂ ਪਹਿਲਾਂ ਆਹ ਜਿਹੜਾ ਨਿਸ਼ਾਨ ਆ ਇਹਨੂੰ ਆਪਾਂ ਲਾਵਾਂਗੇ ਸਿੱਧਾ ਇਸ ਤਰ੍ਹਾਂ, ਫਿਰ ਦੁਬਾਰੇ ਫਿਰ ਆਪਾਂ ਨੀਚੇ ਕਰ ਲਾਂਗੇ ਛਕੇਰ ਨੂੰ ਇਸ ਤਰ੍ਹਾਂ। ਇਹ ਆਪਣੇ ਜਦੋਂ ਨਿਸ਼ਾਨ ਲੱਗ ਗਿਆ ਉਸ ਤੋਂ ਬਾਅਦ ਆਪਾਂ ਲਾਵਾਂਗੇ ਆਹ ਵਾਲਾ ਨਿਸ਼ਾਨ। ਇਹ ਜਿਹੜਾ ਇੰਚੀ ਟੇ ਛਕੇਰ ਆਪਣਾ ਇਹ ਆਪਾਂ ਬਿਲਕੁਲ ਨਿਸ਼ਾਨ 'ਤੇ ਰੱਖਣਾ ਇਸ ਤਰ੍ਹਾਂ, ਆਹ ਵਾਲਾ ਸਿੱਧਾ ਹੋਣਾ ਚਾਹੀਦਾ। ਦੇਖੋ ਤੁਸੀਂ ਐਂ ਨਾ ਸਮਝੋ ਵੀ ਜਿਹੜਾ ਇੰਚੀ ਟੇਪ ਆਪਣਾ ਛਕੇਰ ਆ ਇਹ ਥੋੜ੍ਹਾ ਜਿਹਾ ਉੱਚਾ ਨੀਵਾਂ ਹੋ ਗਿਆ, ਆਪਾਂ ਇਹਦੇ ਹਿਸਾਬ ਨਾਲ ਹੀ ਕੱਟਣਾ ਹੈਗਾ ਇਸ ਤਰ੍ਹਾਂ। ਹੁਣ ਜਦੋਂ ਇਹ ਲਾ ਲਿਆ ਹੁਣ ਆਪਾਂ ਇਹਨੂੰ ਪਲਟਾ ਲਾਂਗੇ ਇਸ ਤਰ੍ਹਾਂ, ਇਹਨੂੰ ਪਲਟਾ ਕੇ ਦੇਖੋ ਆਹ ਚੀਜ਼ ਨਹੀਂ ਦੇਖੋ ਆਪਾਂ ਨੂੰ ਹਿਲਾਉਣਾ ਚਾਹੀਦਾ ਜਮਾਂ, ਵੀ ਇਹ ਆਪਾਂ ਸਿੱਧਾ ਰੱਖਣਾ ਛਕੇਰ। ਉਸ ਤੋਂ ਬਾਅਦ ਆਪਾਂ ਨੇ ਲਾ ਲਿਆ ਇਹ ਵਾਲਾ ਨਿਸ਼ਾਨ, ਇਹ ਜਦੋਂ ਹੁਣ ਆਪਣਾ ਨਿਸ਼ਾਨ ਲੱਗ, ਇਹ ਹੁਣ ਆਪਾਂ ਲਾਵਾਂਗੇ ਮੂਰੀ ਦਾ ਨਿਸ਼ਾਨ। ਇਹ ਆਪਾਂ ਨੇ ਛਕੇਰ ਦੇਖੋ ਸਿੱਧਾ ਧਰ ਲਿਆ ਉਸੇ ਤਰ੍ਹਾਂ ਹੀ, ਇਹ ਸੀ ਆਪਣਾ ਨਿਸ਼ਾਨ ਪਹਿਲਾਂ ਵਾਲਾ ਜਿਹੜਾ ਆਪਾਂ ਲਾਇਆ ਸੀ ਉਹਦੇ ਉੱਪਰ ਹੀ ਆਪਾਂ ਨਿਸ਼ਾਨ ਲਾਵਾਂਗੇ। ਇਹਨੂੰ ਆਪਾਂ ਪਲਟਾਵਾਂਗੇ ਇਸ ਤਰੀਕੇ ਨਾਲ। ਹੁਣ ਜਦੋਂ ਆਪਾਂ ਨੇ ਇਹਨੂੰ ਪਲਟਾ ਲਿਆ ਇਹ ਆਪਣਾ ਮੂਰੀ ਦਾ ਨਿਸ਼ਾਨ ਆ ਗਿਆ, ਉਸ ਤੋਂ ਬਾਅਦ ਆਪਾਂ ਲਾਵਾਂਗੇ ਮੜਾਈ ਦਾ ਨਿਸ਼ਾਨ। ਜਿਹੜੀ ਆਪਣੀ ਮੜਾਈ ਆ ਉਹਦੇ ਹਿਸਾਬ ਨਾਲ ਇਹ ਆਪਣਾ ਆ ਗਿਆ ਮੜਾਈ ਦਾ ਨਿਸ਼ਾਨ। ਉਸ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਆਹ ਵਾਲਾ ਨਿਸ਼ਾਨ, ਇਹ ਆਪਾਂ ਨੇ ਦੇਖੋ ਫੱਟੀ ਆਪਣੀ ਫੱਟੀ, ਆਪਾਂ ਪਹਿਲਾਂ ਤਾਂ ਇਹਨੂੰ ਦੇਖੋ ਇਸ ਤਰ੍ਹਾਂ ਸਿੱਧਾ ਕਰ ਲੈਣਾ ਨਿਸ਼ਾਨ ਨੂੰ ਇਸੇ ਤਰ੍ਹਾਂ। ਹੁਣ ਆਪਾਂ ਇੱਥੋਂ ਧਰਾਂਗੇ, ਆਹ ਦੇਖੋ ਇਹ ਆਪਣੇ ਫੱਟੀ ਧਰ ਲਈ, ਫੱਟੀ ਧਰ ਕੇ ਇਹ ਆਪਣਾ ਨਿਸ਼ਾਨ ਲੱਗ ਗਿਆ। ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਵਾਂਗੇ ਇੱਥੇ, ਇਹ ਜਿਹੜਾ ਆਪਾਂ 1.5 ਇੰਚ ਛੱਡਿਆ ਸੀ ਇਹਦੇ ਹਿਸਾਬ ਨਾਲ ਇਸ ਵੇਲੇ ਧਰ ਲਾਂਗੇ ਫੱਟੀ ਨੂੰ ਇਸ ਤਰੀਕੇ ਨਾਲ ਧਰਾਂਗੇ। ਆ ਦੇਖੋ ਇਹ ਵਾਲਾ ਨਿਸ਼ਾਨ ਲੱਗ ਗਿਆ, ਇਹਨੂੰ ਵੀ ਆਪਾਂ ਇੱਥੋਂ ਸਿੱਧਾ ਕਰ ਲਾਂਗੇ ਇਸ ਵੇਲੇ, ਠੀਕ ਆ। ਇਹ ਨਿਸ਼ਾਨ ਲੱਗ ਗਏ,
उस तो बाद देखो ये जिहड़ा अपने निशान लाया गा पट का, पट के निशान तो आप 2 इंच कट करके लावांगे। 2 इंच कट कर लिया, उस तो बाद इनू आप 2 इंच जिहड़ा कट आ मिणांगे। 15.5 इंच रह गया, देखो 15.5 इंच ही आप इत्थे निशान लाउणा गा। उस तो बाद हुण देखो आप शकेर नाली निशान लावांगे, इनू सीधा निशान लाउणा आप बिल्कुल सीधा। ये आप इत्थे गलाई पावांगे इस तरह, आ देखो ये आपां ने गलाई पाती। उस तो बाद आप लावांगे निशान आ वाला, इस तरह। हुण जिहड़ा इत्थों आ इत्थों थोड़ा जिहा आपां रेव कर लांगे इस तरह। ये आपां थले लाया निशान थोड़ा जिहा, हुण आपां करांगे कटाई। देखो ये हुण अपना जिहड़ा मूला फ्रंट हो गया वो वाला, ये आपने देखो कपड़ा चंगी तरह सैट कर लिया। सैट करके इत्थों आपां 2.5 इंच लावांगे ते नीचों आपां लावांगे 1.5 इंच। 1.5 इंच ला के हुण आपां लावांगे फट्टी। ये अपना निशान लग गया। उस तो बाद जिहड़ा अपने आ वाला इत्थों निशान लाउणा, ये हैगा अपना 2 इंच। इनू आपां इस तरह ला के एंगलाई पा लेनी है, ठीक है। हुण जिहड़ा अपने उपर रखना बदमा, ये आप रखांगे 3 इंच इस तरह। हुण ये आप इस तरह निशान लाउणा। ये जिहड़ा पीस चकना आपां देखो जिहड़ा बद्ध रख्या नाप दे हिसाब नाल ही रखदे हुंदे आगे। जिन्ना ज़्यादा भारी नाप होए आपां नूं ज़्यादा पीस रखना पऊ। ये देखो अपनी कटाई है सारी, ये सी अपनी अज की कटाई प्लाजो की। वीडियो वधिया लगी वध तो वध लाइक करो, शेयर करो, चैनल सबसक्राइब जरूर कर लियो। वीडियो देखने लई बहुत बहुत धन्यवाद।